जिहड़ा गद्दी वाला घोड़ा असीं कहिंदे जिहनूं आपां मेन महाराज वात उहदे कदे दर्शन करो। जदों उह तुरदा ना तो उहदे उत्ते पता लगता भी जदों तक ते तुहाडे मन दे विच उस जी अवस्था बनी होवे ना, जिवें कह लो भी एक भावना बनी होवे, तो तुहानूं दर्शन होणगे भी उह घोड़ा किवें लिफदा वा, भी सतगुर आप सवारा करके जा रहे ने, तो एडे जिहो जिहे वालों सामणा सौखा कित नहिंग सिंह दा चार नहीं माण हुंदा। बाबा बंदा सिंह बहादुर नूं हजूर साहब तो तोरिया 25 सिंह दे के तो मन च शंका आ गई। शहीदा सिंह का प्रसंग दसन लगे हैं, मन च शंका आ गई बई महाराज असी तो 25 सिंह भेजे आते इन्ना लाम लश्कर का राज भाग ले बैठे ने, तोपा बंदूकों ने उन्होंने को बहुत कुछ है, साढ़े को है। तो महाराज कहते उपर ना झाक, जो उन्हें उपर न झाकया तो घोड़िया के उपर नीले वस्त्र तैयार बार तैयार उच्चे बोंगे शास्त्र वास्त्र तैयार, तो पूरा आकाश भरया वे। सानू इस चीज़ का कोई फर्क नहीं है, हुण किन्ने जिहड़े हिंदू कम्यूनिटी दे विचों परिवर्तन नाल कोई फर्क नहीं। तुसीं इह देखो जिहड़े हिंदू कम्यूनिटी दे विचों किन्ने सिंघ सज रहे ने, रोज़ न्यूज़ देख रहे हो ना, तो फिर उह चंगियाई करके आ रहे ने। जे गुरु का पंथ गुरु ग्रंथ सच्चा है तां ही तां 96 करोड़ का खालसे की शुरुआत चल रही है। हुण आर्मी आ जर्मन अमेरिका कनेडा ਕਿਹੜੀ ਕੰਟਰੀ ਹੈ ਜਿੱਥੇ ਗੁਰੂ ਘਰ ਨਹੀਂ, ਜਾਂ ਉੱਥੇ ਆਰਮੀ ਨਹੀਂ, ਸਿੱਖ ਰੈਜੀਮੈਂਟ ਨਹੀਂ ਹੈ, ਜਾਂ ਆਪਣੇ MP ਨਹੀਂ ਹੈ, ਜਾਂ ਆਪਣੇ ਪੜ੍ਹੇ ਲਿਖੇ ਨਹੀਂ ਹੈ, ਸਾਰੇ ਅੰਮ੍ਰਿਤਧਾਰੀ ਕਿੱਥੇ ਕਿੱਥੇ ਤੱਕ ਚਲੇ ਗਏ? ਆਪਾਂ ਨੂੰ ਲੱਗ ਤਾਂ ਰਿਹਾ ਕਿ ਆਪਾਂ ਜਦੋਂ ਕੋਈ ਇੱਕ ਨਿਊਜ਼ ਸੁਣ ਲੈਂਦੇ ਹਾਂ ਉਹ ਆਪਾਂ ਨੂੰ ਘਟਾ ਦੱਸਣ ਲੱਗ ਜਾਂਦਾ। ਆਪਾਂ ਸਤਿਗੁਰ ਨੇ ਸਾਨੂੰ ਕਿਹਾ ਚੜ੍ਹਦੀ ਕਲਾ, ਸਾਡੇ ਖਜ਼ਾਨੇ 'ਚ ਕੁਛ ਨਾ ਹੋਵੇ, ਅਸੀਂ ਚੜ੍ਹਦੀ ਕਲਾ ਦਾ ਚਕਾਰਾ ਖਜਾਉਂਦੇ ਨੇ, ਸਾਨੂੰ ਸਾਰਾ ਕੁਛ ਆਨੰਦ ਹੀ ਆਨੰਦ ਆ ਜਾਂਦਾ। ਚੜ੍ਹਦੀ ਕਲਾ ਦਾ ਹੋਣਾ ਆਮ ਵਾਸਤੇ ਖੇਡ ਨਹੀਂ ਹੈ, ਆਮ ਬੰਦਾ ਛੇਤੀ ਡੋਲ ਜਾਂਦਾ ਡਿੱਗ ਜਾਂਦਾ, ਪਰ ਖਾਲਸਾ ਪੰਥਾ ਕਦੇ ਡੋਲਦਾ ਨਹੀਂ। ਸਵਾ ਸਵਾ ਮਣ ਪੀਸਣ ਪੀਸਿਆ ਟੋਟੇ ਕਰਵਾ ਕੇ ਬੱਚਿਆਂ ਦੇ ਗਲਾਂ 'ਚ ਹਾਰ ਪਏ, ਉਹ ਸ਼ਹੀਦ ਸਿੰਘ ਨੇ ਕਿਤੇ ਗਈਆਂ ਥੋੜ੍ਹੀ ਨੇ, ਉਹ ਸਾਡੇ ਪੰਥ 'ਤੇ ਪਹਿਰਾ ਉਹਨਾਂ ਦਾ, ਖੋਪਰ ਲੱਥ ਗਿਆ 22 ਦਿਨ ਬੈਠੇ ਰਹੇ, ਜ਼ਕਰੀਆ ਖਾਨ ਜੋਤੀ ਨੋਕ 'ਤੇ ਲੈ ਕੇ ਗਏ, ਬੰਦ ਬੰਦ ਕੱਟਿਆ ਗਿਆ, ਜਿੱਥੇ ਲੋੜ ਪਈ ਮੱਸੇ ਰੰਗਾਂ ਦਾ ਸਿਰ ਵੱਢ ਕੇ ਪਟਾਂਕੇ ਵੀ ਲਗਾਏ, ਕਿਉਂਕਿ ਇਹਦੇ 'ਚ ਘਾਟ ਕੋਈ ਨਹੀਂ ਹੈ, ਘਾਟ ਤਾਂ ਸੋਚ ਦੀ ਆ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਮੌਜੂਦ ਹਾਂ ਤਾਂ ਖਾਲਸੇ ਦੁਆਰਾ ਹੋਲਾ ਮਹੱਲਾ ਮਨਾਇਆ ਗਿਆ। ਖਾਲਸੇ ਦਾ ਸਭ ਤੋਂ ਵੱਡਾ ਤਿਉਹਾਰ ਹੋਲਾ ਮਹੱਲਾ ਹੁੰਦਾ ਹੈ, ਜਿੱਥੇ ਕਿ ਨਿਹੰਗ ਸਿੰਘ ਫੌਜਾਂ ਆਪਣੇ ਜੰਗੀ ਜੋਹਰ ਦਿਖਾਉਂਦੀਆਂ ਨੇ। ਕਿਸ ਤਰੀਕੇ ਦੇ ਨਾਲ ਪੁਰਾਣੇ ਸਮਿਆਂ ਦੇ ਵਿੱਚ ਜਿਹੜੀਆਂ ਨਿਹੰਗ ਸਿੰਘ ਫੌਜਾਂ ਨੇ ਉਹ ਘੋੜਿਆਂ 'ਤੇ ਸਵਾਰ ਹੋ ਕੇ ਦੁਸ਼ਮਣ ਨੂੰ ਭਾਜੜਾ ਪਾ ਦਿੰਦੀਆਂ ਸੀ, ਤਾਂ ਉਹੀ ਸੀਨ ਇੱਥੇ ਆ ਕੇ ਅੱਖਾਂ ਦੇ ਮੂਹਰੇ ਆ ਜਾਂਦਾ ਹੈ। ਤਾਂ ਸਾਡੇ ਨਾਲ ਬਾਬਾ ਜੀ ਮੌਜੂਦ ਨੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਹੋਲਾ ਮਹੱਲਾ ਅੱਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਮਨਾਇਆ ਗਿਆ, ਤੁਸੀਂ ਵੀ ਅੱਜ ਇੱਥੇ ਪਹੁੰਚੇ ਹੋ, ਤਾਂ ਮੈਂ ਪਹਿਲਾਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਬਾਬਾ ਜੀ ਮਸਤਾਨੇ ਫਿਲਮ ਦੇ ਵਿੱਚ ਵੀ ਇੱਕ ਜਥੇਦਾਰ ਦਾ ਅਹਿਮ ਰੋਲ ਜਿਹੜਾ ਉਸਦੇ ਵਿੱਚ ਨਿਭਾ ਚੁੱਕੇ ਨੇ। ਬਾਬਾ ਜੀ ਫਿਲਮਾਂ ਦੇ ਵਿੱਚ ਵੀ ਆਪਣੇ ਪੰਥ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਅੱਜ ਹੋਲੇ ਮਹੱਲੇ ਦੇ ਵਿੱਚ ਵੀ ਪਹੁੰਚੇ ਹੋ, ਕਿਹੋ ਜਿਹਾ ਮਹਿਸੂਸ ਕਰਦੇ ਹੋ? ਬਹੁਤ ਹੀ ਵਧੀਆ। ਜਿਹੜਾ ਹੋਲੇ ਮਹੱਲੇ ਦਾ ਤਾਂ ਸਾਨੂੰ ਆਨੰਦ ਹੀ ਵੱਖਰਾ, ਹੋਲੇ ਮਹੱਲੇ ਦਾ ਆਨੰਦ ਤਾਂ ਸਾਨੂੰ ਸਾਰਾ ਸਾਲ ਅਸੀਂ ਵੇਟ ਕਰਦੇ ਹਾਂ, ਆਉਂਦੇ ਹਾਂ, ਪਹਿਲਾਂ ਵੀ ਆਉਂਦੇ ਹਾਂ, ਪਰ ਜਿਹੜਾ ਇਹ ਜਾਹੋ ਜਲਾਲ ਦੇ ਵਿੱਚ ਸਤਿਗੁਰਾਂ ਦੇ ਬਚਨ ਨੇ ਨਾ ਵੀ ਅਸੀਂ ਉਸ ਟਾਈਮ ਹਾਜ਼ਰ ਹੋਵਾਂਗੇ, ਚਾਰੇ ਸਾਹਿਬਜ਼ਾਦੇ ਪੰਜ ਪਿਆਰੇ ਪੂਰੇ ਸ਼ਹੀਦ ਸਿੰਘ ਹਾਜ਼ਰ ਹੁੰਦੇ ਨੇ, ਆਪ ਸਤਿਗੁਰ ਘੋੜੇ 'ਤੇ ਸਵਾਰਾ ਕਰਦੇ ਨੇ, ਬਚਨ ਕਰਦੇ ਨੇ ਆਪ ਵਿੱਚ ਆ ਕੇ। ਜੇ ਤੁਸੀਂ ਮਹਿਸੂਸ ਕਰਨਾ ਚਾਹੋਗੇ ਤਾਂ ਹੁਣ ਦੇਖ ਲਓ ਤੁਸੀਂ, ਪਹਿਲਾਂ ਵੀ ਬਚਨ ਹੋ ਚੁੱਕੇ ਨੇ ਵੀ ਜਿਹੜੀ ਇਹ ਇੰਨਾ ਜਾਹੋ ਜਲਾਲ ਹੈ ਸਿਰਫ ਉਹਦੀ ਸ਼ਹੀਦਾਂ ਦੀ ਕਿਰਪਾ ਸਦਕਾ ਹੀ ਹੈ, ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ, ਠੀਕ ਹੈ ਨਾ। ਇਹਨੂੰ ਤੁਸੀਂ ਜਿਹੜਾ ਸਤਿਗੁਰਾਂ ਨੇ ਹੋਲਾ ਮਹੱਲੇ ਦਾ ਅਸਲ ਮਕਸਦ ਇਹ ਸੀ ਵੀ ਜਿਹੜੀ ਹੋਲੀ ਸੀ, ਹੋਲੀ ਚਲੋ ਆਪਾਂ ਕਿਸੇ ਦਾ ਕੈਂਤੂ ਨਹੀਂ ਕਰਦੇ, ਉਹ ਨਹੀਂ ਆਪਾਂ ਪੰਥ ਖਾਲਸੇ ਨੂੰ ਮਾਰਨ ਹੁਕਮ ਕੀਤਾ ਕਿਉਂਕਿ ਉਹ ਚੀਜ਼ ਨਹੀਂ ਚੰਗੀ ਸਮਝਦੇ ਸੀਗੇ। ਇਹ ਜਿਹੜਾ ਹੋਲਾ ਮਹੱਲਾ, ਹੋਲਾ ਹੈਗਾ ਹੱਲਾ ਕਰਨਾ, ਮਹੱਲਾ ਹੁੰਦਾ ਸਥਾਨ, ਵੀ ਜਦੋਂ ਦੋ ਦਲ ਤਿਆਰ ਕਰਕੇ ਗੁਰੂ ਮਹਾਰਾਜ ਬਰਾਜ ਜਾਂਦੇ ਸਨ ਅਤੇ ਦੋ ਦਲਾਂ ਨੂੰ ਫਿਰ ਆਪਸ ਵਿੱਚ ਪੂਰਾ ਤਿਆਰ ਬਰ ਤਿਆਰ ਕਰਕੇ ਆਪਣੇ ਘੋੜ ਸਵਾਰ ਹੈ ਸ਼ਸਤਰ ਵਸਤਰ ਲੈ ਕੇ ਅਤੇ ਇੱਕ ਸਥਾਨ ਨਿਯੁਕਤ ਕਰ ਦਿੰਦੇ ਸੀ ਵੀ ਤੁਸੀਂ ਦੋਨਾਂ ਦਲਾਂ ਨੇ ਹੱਲਾ ਕਰਨਾ ਅਤੇ ਉਹ ਸਥਾਨ ਨੂੰ ਤੁਸੀਂ ਹਾਸਲ ਕਰਨਾ। ਉਹ ਇੱਕ ਯੁੱਧ ਅਭਿਆਸ ਕਰਾ ਰਹੇ ਸੀ ਸਤਿਗੁਰ ਵੀ ਆਉਣ ਵਾਲੇ ਸਮੇਂ ਤੁਰਕਾਂ ਦਾ ਨਾਸ਼ ਕਰਨਾ ਸੀ ਅਤੇ ਪਹਾੜੀ ਰਾਜਿਆਂ ਨੂੰ ਵੀ ਸ਼ਿਕਾਇਤ ਦੇਣੀ ਸੀ ਜਿਹੜੇ ਈਰਖਾ ਕਰਦੇ ਸੀ, ਜਿਹੜੇ ਮਤਲਬ ਜਿਆਤੀਆਂ ਕਰਦੇ ਸੀ, ਹੋਰ ਨੇ ਜ਼ੁਲਮ ਦਾ ਹੀ ਨਾਸ਼ ਕੀਤਾ ਮਹਾਰਾਜ ਨੇ, ਕਿਸੇ ਨਾਲ ਵਿਰੋਧਤਾ ਨਹੀਂ ਕੀਤੀ। ਉਹ ਜਿਹੜਾ ਸਤਿਗੁਰਾਂ ਦਾ ਉਹ ਹੋਲਾ ਮਹੱਲੇ ਦਾ ਕਾਰਨ ਕੀ ਬਣਿਆ, ਦਰਸ਼ਨ ਦੇਣ ਦੇ ਕਾਰਨ ਕੀ ਬਣਿਆ? ਮਹਾਰਾਜ ਜਦੋਂ ਦਸ਼ਮੇਸ਼ ਪਿਤਾ ਜੀ ਇੱਥੋਂ ਕਿਲ੍ਹਾ ਖਾਲੀ ਕਰਕੇ ਜਾ ਰਹੇ ਨੇ, ਐਡਾ ਕਿਲ੍ਹਾ ਛੱਡਣਾ ਕਿਤੇ ਖੇਡਣੇ ਪਈ ਵੀ ਉਹਦੀ
एक रहनुमाई सानू एक कह लो भी साढ़े वास्ते एक कोई चीज़ा ने कई बार बंदा इंसान कई बार कोई किसी घाटा खा जाता तो सोचता भी मैं घाटा पैगा तो कहीं सतगुरों बारे सोचा करो भी एडा जाहलो जाल छड़ के जा रहे सी। तो बाबा अजीत सिंह जी जदों पिछे तक रहे ने तो भाई दया सिंह जी आए तो बाबा अजीत सिंह जी रुक गए तो उन्होंने मन की पढ़ी भी यह विराग कर रहे हैं। तो भाई दया सिंह ने दशमेश पिता जी को बेनता किया भी सतगुरु इस तरह हो रहा भी बाबा अजीत सिंह जी। तो महाराज ने उस समय फिर वचन किया कहते नहीं भाई दया सिंह जो सिंह होला महला खेडिया करे ना समय नाल तो उस समय असी आप हाजिर होवे चारे साहबजादे मेरा पूरा परिवार तो समूह शहीद सिंह उत्थे हाजिर हो के आप असी बिच रहनुमाई कराया करांगे। हुण तुसीं जिहड़ा गद्दी वाला घोड़ा असी कहने जिहनूं आपां मेन महाराज वात उहदे कदे दर्शन करो जदों उह तुरदा ना तो उहदे उत्ते पता लगता भी जदों तक तो थोड़े मन दे विच उस जी अवस्था बनी होवे ना जिवें कह लो भी एक भावना बनी होवे तो तुहानूं दर्श होणगे भी उह घोड़ा किवें लिफदा वा भी सतगुर आप सवारा करके जा रहे हैं तो एडे जिहो जिहे वालों सामना सौखा कितें निहंग सिंह तां चार नहीं माण होंदे लखां निहंगां सिंघां नूं संभालण लई सतगुरां दी इक उत्ते शहीदां दी 96 करोड़ शहीदां दी कृपा चल रही है। ਅੱਜ ਤੁਸੀਂ ਸ਼ਹੀਦਾਂ ਸਿੰਘਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸ਼ਹੀਦ ਸਿੰਘ ਸੱਚੀ ਹੁੰਦੇ ਨੇ? ਬਿਲਕੁਲ ਸਤਿਗੁਰਾਂ ਦੇ ਤੁਸੀਂ ਇਤਿਹਾਸ ਨੂੰ ਨਹੀਂ ਜਾਣਿਆ ਸਤਿਗੁਰ ਦੀਆਂ ਬਹੁਤ ਸਾਖੀਆਂ ਨੇ। ਸਤਿਗੁਰ ਜਦੋਂ ਇੱਥੇ ਦਮਦਮਾ ਸਾਹਿਬ ਗਏ ਨੇ ਉਸ ਸਮੇਂ ਵੀ ਸਤਿਗੁਰਾਂ ਦੇ ਮਗਰ ਇੱਥੋਂ ਸੂਬਾ ਸਰਹੰਦ ਦੀ ਫੌਜ ਲੱਗੀ ਹੋਈ ਸੀਗੀ ਅਤੇ ਉੱਥੇ ਦੋ ਰਾਮਾਂ ਅਤੇ ਤਰਲੋਕਾ ਸੇਵਾ ਕਰਨ ਆਉਂਦੇ ਸੀਗੇ ਅਤੇ ਉਹਨਾਂ ਦੇ ਮਨ ਵਿੱਚ ਆ ਗਿਆ ਵੀ ਸਤਿਗੁਰਾਂ ਨੇ कहिंदे ने भी आप सतगुर ने तो अपना एक भी पुत्र नहीं बचा सके तो उन्हें जो मन च शंका जो घर नूं जाण लगे ना तो वह गड्डे ते अगे गड्डा अगे लंघ गया तो वह पिछे रह गए तो तुरद्यां तुरद्यां गड्डा दूरी ज़्यादा बन गई तो पिछों ऐ भासिया जिवें कोई चलदा आ रहा तुरे आ रहा तो उन्हें सोचा भी आपां इहनूं नार ला लईए जदों नेड़े आउण लगे तो वह जदों दर्श हो रहे ने कदे नीला बाणा हो जांदा कदे पीला हो जांदा कदे चिट्टा हो जाता तो उन्हूं थोड़ा भय आया भी कौन हो सकते हैं। वो थोड़ा चल के जो अगे तो उन्हें फतेह कहा भी वाहेगुरू जी का खालसा वाहेगुरू जी की फतेह। वो कहते भी सिंह तुम कौन हो? कहते भी शहीद सिंह होंने असं वो कहते शहीद सिंह होंने कहते भी की कला तुहाडी? कहते भी साढ़े 96 करोड़ शहीद सिंह सतगुरां दे रहनुमाई च असी हाजर हाँ 5000 शहीद सिंह उन्हें पलंगे दुआल असी सेवा करते हैं। वह कहता भी महाराज तो अपने पुत्रां नूं नहीं बचा सके। कहते भी सानू सतगुरु ने हुक्म नहीं किया जो इन्ने करन दे उत्ते उन्हें अपना शरीर एडा बड़ा विराट रूप धार लिया कि आकाश नाल सीस लग्या तो उपर दमाला एडा उच्चा तो बाहां बदलों के चल रही ने तो वह सिंह भयभीत हो गया। कहता भी तुम अपने सरूप च आवो मैनू दसो। वह कहते भी असी एक तली दे लै के खंडा ब्रह्मंडा नूं मसल के रख दिए सानू सतगुरु हुक्म नहीं देंदे सतगुरों का हुक्म भाणे में रहना जिवें पंजवें सतगुरु ने तत्ती तवी ते बह के भाणा मन्निया ना नहीं तो की नहीं सी कर सकते। साईं मियां मीर जी कह रहे हैं मैं लाहौर ते दिल्ली नूं ऐ मलिया मेट कर दिया पर नहीं वह कहिंदे भाणे च रहना भी शहीदां सिंघां दा एडा किरपा वा। वह कहिंदे भी सानू कहण तां असीं एक मिनट च मसल के रख दे। जो बाबा बंदा सिंह बहादुर नूं हजूर साहब तों तोरिया 25 सिंह दे के ते मन च शंका आ गई शहीदां सिंघां दा प्रसंग दसण लगे हैं मन शंका आ गई बई महाराज असी तो 25 सिंह भेजे आ तो इन्ना लाम लश्कर का राज भाग ले बैठे ने तोपां बंदूकों ने उन्हां कोल तां बहुत कुछ आ साढ़े कोल की है। तो महाराज कहते उपर ना झाक जो उन्हें उपर नूं झाकिया तो घोड़ियां दे उपर नीले वस्त्र तैयार बार तैयार उच्चे बोंगे शास्त्र वास्त्र तैयार तो पूरा आकाश भरिया वा। महाराज ने बचन किया कहते बंदा सिंह बहादुर गुरबख सिंह तू नहीं ये करना ये फौजा ने कार्ज करना। जदों तुर पिया तुरे आया जो इतने हरियाणे च आया मैं नाम विसरिया थोड़ा वह उस स्थान पर आके उन्हें फिर उस चीज़ का जायजा लिया भी शहीदी फौजा है मूहरों तोपा लैके जंग हो रहा चढ़ गए ने बंदूकों चल रही ने तो फौज के बच्चे अपने आदि पैर खिसक रहे हैं तो उन्हें फिर अरदास बेनता करके शहीदों अरदास की भी शहीदों सिंह हाजिर होवो करो कृपा। तो फिर कहते इदा शहीदों का पहरा होया फौजा आई आई तो उन्होंने पता नहीं लगे कदों वह हवा च उड़ाते ये शहीद सिंह ने शहीद सिंह अज भी हाजिर ने क्योंकि शहीदों की फौज आ जी 96 करोड़ जोड़ा खालसा दर्श हो रहा ना जो तुरै फिर ये भी शहीदी फौजा का पहरे चलता जोड़ा बाणा वा ये शहीदा शहीद सिंह की एक निशानी है आ जोड़ा फरला साढ़ा
ਇਹ ਨਿਸ਼ਾਨ ਸਾਹਿਬ ਆ ਹਾਂਜੀ ਇਹ ਨਿਸ਼ਾਨ ਸਾਹਿਬ ਨੇ ਸਤਿਗੁਰਾਂ ਨੇ ਬਾਣਾ ਜਿਹੜਾ ਦਿੱਤਾ ਨਾ ਬਾਣਾ ਇੰਨਾ ਹੀ ਬੇਸ਼ੁਮਾਰ ਇਹ ਅਮੁੱਲਕ ਹੈਗਾ ਨਾ ਇਹਦਾ ਤੁਸੀਂ ਕੁਝ ਮੁੱਲ ਨਹੀਂ ਦੇ ਸਕਦੇ ਕਿਉਂਕਿ ਇਹਨਾਂ ਦੇ ਉੱਤੇ ਸ਼ਹਾਦਤਾਂ ਹੀ ਸ਼ਹਾਦਤਾਂ ਨੇ ਇਹਦੇ ਉੱਤੇ ਫਿਰ ਪਹਿਰਾ ਵੀ ਸ਼ਹੀਦਾਂ ਦਾ ਹੀ ਰਹਿਣਾ ਜਦੋਂ ਚੱਲਦਾ ਤੇ ਹੁਣ ਅੱਜ ਜਾਹੋ ਜਵਾਲ ਤੁਸੀਂ ਦਰਸ਼ਨ ਕੀਤੇ ਨੇ ਇਹ ਵਚਨ ਪੂਰੇ ਕੀਤੇ ਨੇ ਮਹਾਰਾਜ ਨੇ ਸਰਬੰਸ ਵਾਰ ਕੇ ਵੀ ਹਿੰਝ ਨਹੀਂ ਵਾਰੀ ਹਿੰਝ ਨਹੀਂ ਰਹੇ ਚਾਹੋ ਜਲਾਲ 'ਚ ਜਿਵੇਂ ਇੱਕ ਮੈਂ ਤੁਹਾਡੇ ਨਾਲ ਸਵਾਲ ਪਹਿਲਾ ਸਵਾਲ ਤਾਂ ਮੇਰਾ ਰੰਗਾਂ ਨੂੰ ਲੈ ਕੇ ਹੈ ਹੋਲੀ ਤੇ ਹੋਲੇ ਮਹੱਲੇ ਵਿੱਚ ਕੀ ਅੰਤਰ ਰਹਿ ਗਿਆ ਜਦੋਂ ਦੋਨਾਂ ਵਿੱਚ ਹੀ ਰੰਗ ਦੀ ਵਰਤੋਂ ਹੋ ਰਹੀ ਹੈ ਉਹ ਜਿਹੜਾ ਉਹ ਇਹ ਜਿਹੜਾ ਹੋਲੀ ਦੇ ਵਿੱਚ ਵਰਤਿਆ ਜਾਂਦਾ ਨਾ ਉਹ ਕਿਸ ਤਰ੍ਹਾਂ ਦੇਖੋ ਇੱਕ ਤਰ੍ਹਾਂ ਪਾਣੀ ਪਾ ਕੇ ਲੱਚਰ ਪਾਉਣਾ ਜਿਵੇਂ ਔਰਤਾਂ ਨਾਲ ਵੀ ਖੇਡਦੇ ਨੇ ਦੇਖਦੇ ਆ ਨਾ ਅਕਸਰ ਦੇਖਦੇ ਹੋ ਤੁਸੀਂ ਦੁਨੀਆ ਦੇ ਵਿੱਚ ਚੱਲ ਰਿਹਾ ਆਪਾਂ ਇਹਦਾ ਕੋਈ ਕਿੰਤੂ ਨਹੀਂ ਕਰਦੇ ਵੀ ਕੋਈ ਇਸ ਨੂੰ ਸਮਝੇ ਵੀ ਨਹਿੰਗ ਸਿੰਘ ਇਦਾਂ ਦਾ ਵਿਚਾਰ ਉਹਦੇ ਵਿੱਚ ਤੁਸੀਂ ਆਪਣੇ ਹੁਣ ਜਦੋਂ ਗੁਰੂ ਸਾਹਿਬ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਇਹਨਾਂ ਨੇ ਪੂਰਾ ਉਹ ਗੁਲਾਬ ਚੰਦਨ ਅਤੇ ਬਹੁਤ ਬੇਸ਼ੁਮਾਰ ਕੀਮਤੀ ਇਹਦੇ ਵਿੱਚ ਸਮਝੋ ਵੀ ਫੁੱਲ ਪੱਤੀਆਂ ਪਾ ਕੇ ਉਹਨੂੰ ਉਹ ਚੀਜ਼ ਹੈ ਇੱਕ ਰੋਸ਼ਨਾਈ ਵਾਸਤੇ ਅਤੇ ਖੁਸ਼ਬੂਦਾਰ ਬਣਾਇਆ ਜਿਹੜੇ ਇਹਨਾਂ ਦੇ ਵਿੱਚ ਹੁਣ ਤੁਸੀਂ ਦੇਖ ਲਓ ਹੁਣ ਹੋਲੀ ਦੇ ਵਿੱਚ ਤੁਸੀਂ ਦੇਖ ਆਮ ਦੇਖਦੇ ਹੋ ਹੁਣ ਹੁੱਲੜਬਾਜ਼ੀ ਕਿੰਨੀ ਆ ਉਸ ਸਮੇਂ ਤਾਂ ਬਹੁਤ ਜ਼ਿਆਦਾ ਸੀ ਹੁਣ ਤਾਂ ਤੁਸੀਂ ਸਮਝਦੇ ਹੋ ਨਾ ਵੀ ਹੁਣ ਚੀਜ਼ ਬਦਲ ਚੁੱਕੀ ਹੈ ਉਸ ਟਾਈਮ ਤਾਂ ਹਾਤੂਤੀ ਸੀ ਸਮਝ ਲਓ ਵੀ ਕਹਿ ਲਓ ਵੀ ਕਿਹੜਾ ਕਿਹਨੂੰ ਲੈ ਗਿਆ ਕਿਹਨੂੰ ਲੈ ਗਿਆ ਨਹੀਂ ਸੀ ਕੋਈ ਪਤਾ ਲੱਗਦਾ ਅਤੇ ਉਸ ਟਾਈਮ ਨੂੰ ਮਹਾਰਾਜ ਤਾਂ ਹੀ ਤਾਂ ਵਰਜਿਤ ਕੀਤਾ ਵੀ ਹੋਲੀ ਦਾ ਇੱਕ ਹੋਲੀ ਸੀ ਜਿਹੜੀ ਨਾ ਉਹ ਜਿਹੜੀ ਪ੍ਰਹਲਾਦ ਦੀ ਭੂਆ ਸੀ ਹੋਲਿਕਾ ਸੀ ਜਿਹੜੀ ਠੀਕ ਹੈ ਜਦੋਂ ਹਰਨਾਕਸ਼ ਨੇ ਪ੍ਰਹਲਾਦ ਨੂੰ ਕਿਹਾ ਵੀ ਮੇਰਾ ਨਾਮ ਜਪ ਉਹ ਕਹਿੰਦਾ ਵੀ ਮੈਂ ਤਾਂ ਪਰਮੇਸ਼ਰ ਦਾ ਦਿੱਤਾ ਖਾਨਾ ਵੀ ਮੈਂ ਤੇਰਾ ਕਿਉਂ ਜਪਾਂ ਉਹਨੇ ਫਿਰ ਜਦੋਂ ਕਿੰਨੇ ਤਸੀਹੇ ਦਿੱਤੇ ਭਗਤ ਪ੍ਰਹਲਾਦ ਜੀ ਨੂੰ ਉਹ ਜਦੋਂ ਜੀ ਹੁਲਕਾ ਸੀਗੀ ਉਹਦੀ ਭੈਣ ਉਹਨੂੰ ਵਾਰ ਸੀ ਵੀ ਇਹ ਅੱਗ 'ਚ ਨਹੀਂ ਸੜਦੀ ਭਗਤ ਪ੍ਰਹਲਾਦ ਜੀ ਨੂੰ ਉਹਦੀ ਗੋਦ ਵਿੱਚ ਬਿਠਾ ਦਿੱਤਾ ਅਤੇ ਛੰਡਾ ਪ੍ਰਕਾਸ਼ ਕਰਤਾ ਗਲਾਤੀ ਉਹ ਫਿਰ ਸਤਿਗੁਰਾਂ ਦਾ ਕਹਿੰਦੇ ਭਗਤਾਂ ਦੀ ਤਾਂ ਰੱਖਦਾ ਹੈ ਜੋਗਾਂ ਯੁੱਗ ਰੱਖਣੀ ਸੀ ਉਹਨੇ ਅਤੇ ਉਹ ਹੁਲਕਾ ਸੜ ਗਈ ਅਤੇ ਪ੍ਰਹਲਾਦ ਜੀ ਬਚ ਗਏ ਉਹ ਸਿਰਫ ਉਹ ਨੇਕੀ ਅਤੇ ਬਦੀ ਦਾ ਰੌਲਾ ਸੀ ਸੱਚ ਦੇ ਝੂਠ ਦੀ ਲੜਾਈ ਆ ਨਾ ਪਰ ਉਸ ਚੀਜ਼ ਨੂੰ ਤਾਂ ਉਹ ਚਲੋ ਇੱਕ ਮਹਾਰਾਜ ਦਾ ਵਰਤਾਰਾ ਸੀਗਾ ਪਰ ਲੋਕਾਂ ਨੇ ਤਾਂ ਇਸ ਚੀਜ਼ ਨੂੰ ਇੱਕ ਰੰਗਾਂ 'ਚ ਰੰਗ ਕੇ ਰੱਖਦਾ ਜਿਵੇਂ ਤੁਸੀਂ ਕਹਿ ਰਹੇ ਕਿ ਹੁੱਲੜਬਾਜ਼ੀ ਕੀਤੀ ਜਾਂਦੀ ਇੱਕ ਇੰਜੋਇਮੈਂਟ ਬਣਾਤਾ ਉਹ ਚੀਜ਼ ਫਿਰ ਦੇਖੋ ਇਹ ਆਪਾਂ ਆਪਣੀ ਨਹੀਂ ਨਾ ਹੈ ਦੇਖੋ ਇਹ ਆਪਾਂ ਕਿਸੇ ਕਮਿਊਨਿਟੀ ਨਾਲ ਸਾਡਾ ਕੋਈ ਭੇਦ ਨਹੀਂ ਹੈਗਾ ਸਾਰੇ ਸਾਡੇ ਸਤਿਕਾਰਯੋਗ ਨੇ ਜਿੰਨੇ ਵੀ ਧਰਮ ਨੇ ਅਸੀਂ ਸਾਰਿਆਂ ਸਤਿਕਾਰ ਕਰਦੇ ਹਾਂ ਸਤਿਗੁਰਾਂ ਨੇ ਸਾਨੂੰ ਹੁਕਮ ਕੀਤਾ ਵੀ ਸਾਰੇ ਧਰਮਾਂ ਦਾ ਹਰ ਇਨਸਾਨ ਦਾ ਵੀ ਸਤਿਕਾਰ ਹੀ ਕਰਨਾ ਕਿਉਂਕਿ ਘੱਟ ਘੱਟ ਮੈਂ ਹਰ ਜੀਵ ਵਸੇ ਸੰਤਨ ਕਿਉਂ ਉਪਕਾਰ ਉਹ ਕਹਿੰਦੇ ਘੱਟ ਘੱਟ 'ਚ ਵੱਸਦਾ ਹੀ ਉਹੀ ਹੈ ਸਾਹਮਣੇ ਜੋਤ ਜੋਤ ਹੈ ਸੋਏ ਤੇਦੇ ਚੰਨ ਸਾਹਮਣੇ ਚੰਨ ਜਿਹਦੀ ਸਾਰੀ 'ਚ ਜੋਤ ਹੀ ਸਾਨੂੰ ਉਹਨੇ ਦਿਖਾਤੀ ਆ ਅਤੇ ਅਸੀਂ ਕਹਿੰਦਾ ਭੇਦ ਕਿਉਂ ਰੱਖਾਂਗੇ ਇਹ ਤਾਂ ਤੁਹਾਡੇ ਆਪਣਾ ਕਹਿ ਲਓ ਵੀ ਇੱਕ ਆਪਣਾ ਵਤੀਰਾ ਜਿਹਾ ਤੁਸੀਂ ਵਤੀਰਾ ਕਰਨ ਲੱਗ ਜਾਓ ਤੁਹਾਡਾ ਉਹ ਪ੍ਰਚਾਰ ਹੋਣ ਲੱਗ ਜਾਣਾ ਹੁਣ ਪੰਥ ਦਾ ਪ੍ਰਚਾਰ ਮਹਾਰਾਜ ਨੇ ਹੁਣ ਪ੍ਰਗਟ ਹੋਇਆ ਹੋਇਆ ਖਾਲਸਾ ਮਹਾਰਾਜ ਨੇ ਕਿਹਾ 96 ਕਰੋੜ ਨੀਲਾ ਬਾਣਾ ਹੀ ਹੋਵੇਗਾ ਮੇਰਾ ਤੁਹਾਡੇ ਨਾਲ ਇੱਕ ਸਵਾਲ ਆ ਕਿ ਜਿਵੇਂ ਆਪਾਂ ਪੰਥ ਦੀ ਗੱਲ ਕਰ ਰਹੇ ਹਾਂ ਗੁਰੂ ਸਾਹਿਬ ਦੀ ਗੱਲ ਕਰ ਰਹੇ ਹਾਂ ਸ਼ਹੀਦਾਂ ਸਿੰਘਾਂ ਦੀ ਗੱਲ ਕਰ ਰਹੇ ਹਾਂ ਇੰਨਾ ਤਕੜਾ ਪੰਥ ਹੈ ਸਾਡੇ ਕੋਲ ਇੰਨੀ ਗੁਰੂਆਂ ਦੀ ਮਿਹਨਤ ਹੈ ਮਿਹਰ ਹੈ ਸਾਡੇ 'ਤੇ ਪਰ ਫਿਰ ਵੀ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਪੰਥ ਹੈ ਜਿਹੜਾ ਉਹ ਅਲੱਗ ਹੁੰਦਾ ਜਾ ਰਿਹਾ ਫਰਕ ਪੈ ਰਿਹਾ ਪਹਿਲਾਂ ਨਾਲੋਂ ਨਹੀਂ ਉਹ ਫਰਕ ਨਹੀਂ ਹੈ ਅਸਲ 'ਚ ਕੀ ਆ ਨਾ ਹੁਣ ਦੇਖੋ ਇਨਸਾਨ ਨੇ ਇਨਸਾਨ ਇਹਦੇ ਵਿੱਚ ਹਰ ਤਰ੍ਹਾਂ ਦੇ ਨੇ ਲਾਲਚੀ ਵੀ ਨੇ ਠੀਕ ਹੈ ਨਾ ਵਿਕਣ ਵਾਲੇ ਵੀ ਨੇ ਉਹ ਹਰ ਤਰ੍ਹਾਂ ਦੀ ਕਹਿ ਲਓ ਵੀ ਇੱਕ ਕੈਟਾਗਰੀ ਆ ਜਿਹੜਾ ਪੰਥ ਆ ਪੰਥ ਤਾਂ ਅਮਰ ਆ ਗੁਰੂ ਗ੍ਰੰਥ ਵੀ ਅਮਰ ਆ ਨਾ ਬਾਣੀ ਨੂੰ ਕੋਈ ਇਨਕਾਰ ਸਕਦਾ ਉਹ ਵੀ ਸੱਚ ਆ ਇੱਕ ਪ੍ਰਕਾਸ਼ ਆ ਅਤੇ ਗੁਰੂ ਦਾ ਪੰਥ ਵੀ ਅਟਲ ਆ ਇਹ ਹੁਣ ਜੇ ਆਪਾਂ ਕਹੇ ਵੀ ਘੱਟ ਰਿਹਾ ਘਟਣ ਦਾ ਅਸੀਂ ਸਾਨੂੰ ਤਾਂ ਨਹੀਂ ਨਜ਼ਰ ਆਉਂਦਾ ਘੱਟ ਰਿਹਾ ਇਹ ਤਾਂ ਲੋਕਾਂ ਦੀ ਸੋਚ ਘੱਟ ਰਹੀ ਜਿਵੇਂ ਹੁਣ ਕੋਈ ਸੋਚ ਰਿਹਾ ਵੀ ਮੈਂ ਤਾਂ ਨਹੀਂ ਜੀ ਮੈਂ ਨਹੀਂ ਜਾਣਾ ਮੈਂ ਤਾਂ ਦੂਸਰੇ ਧਰਮ 'ਚ ਜਾ ਰਿਹਾ ਮੈਂ ਸਾਈ ਬਣ ਜੂ ਉਹ ਬਣ ਜੂ ਉਹਨਾਂ ਸਾਡੇ ਧਰਮ ਨੂੰ ਕੋਈ ਫਰਕ ਨਹੀਂ ਹੈ ਸਾਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਹੈ ਹੁਣ ਕਿੰਨੇ ਜਿਹੜੇ ਹਿੰਦੂ ਕਮਿਊਨਿਟੀ ਦੇ ਵਿੱਚੋਂ ਪਰਿਵਰਤਨ ਨਾਲ ਕੋਈ ਫਰਕ ਨਹੀਂ ਤੁਸੀਂ ਇਹ ਦੇਖੋ ਜਿਹਦੇ ਹਿੰਦੂ ਕਮਿਊਨਿਟੀ ਦੇ ਵਿੱਚੋਂ ਕਿੰਨੇ ਸਿੰਘ ਸਜ ਰਹੇ ਨੇ ਰੋਜ਼ ਨਿਊਜ਼ ਦੇਖ ਰਹੇ ਹੋ ਨਾ ਅਤੇ ਫਿਰ ਉਹ ਚੰਗਿਆਈ ਕਰਕੇ ਆ ਰਹੇ ਨੇ ਜੇ ਗੁਰੂ ਦਾ ਪੰਥ ਗੁਰੂ ਗ੍ਰੰਥ ਸੱਚਾ ਹੈ ਤਾਂ ਹੀ ਤਾਂ 96 ਕਰੋੜ ਦਾ ਖਾਲਸੇ ਦੀ ਸ਼ੁਰੂਆਤ ਚੱਲ ਰਹੀ ਹੈ ਹੁਣ ਆਰਮੀ ਆ ਜਰਮਨ ਅਮੈਰੀਕਾ ਕੈਨੇਡਾ ਕਿਹੜੀ ਕੰਟਰੀ ਹੈ ਜਿੱਥੇ ਗੁਰੂ ਘਰ ਨੇ ਜਾਂ ਉੱਥੇ ਆਰਮੀ ਨਹੀਂ ਸਿੱਖ ਰੈਜੀਮੈਂਟ ਨਹੀਂ ਹੈ ਜਾਂ ਆਪਣੇ MP ਨਹੀਂ ਹੈ ਜਾਂ ਆਪਣੇ ਪੜ੍ਹੇ ਲਿਖੇ ਨਹੀਂ ਹੈ ਸਾਰੇ ਅਮਰਧਾਰੀ ਕਿੱਥੇ ਕਿੱਥੇ ਤੱਕ ਚਲੇ ਗਏ ਆਪਾਂ ਨੂੰ ਲੱਗ ਤਾਂ ਰਿਹਾ ਕਿ ਆਪਾਂ ਜਦੋਂ ਕੋਈ ਇੱਕ ਨਿਊਜ਼ ਸੁਣ ਲੈਂਦੇ ਹਾਂ ਉਹ ਆਪਾਂ ਨੂੰ ਘਟਾ ਦੱਸਣ ਲੱਗ ਜਾਂਦਾ ਆਪਾਂ ਸਤਿਗੁਰ ਨੇ ਸਾਨੂੰ ਕਿਹਾ ਚੜ੍ਹਦੀ ਕਲਾ ਸਾਡੇ ਖਜ਼ਾਨੇ 'ਚ ਕੁਛ ਨਾ ਹੋਵੇ ਅਸੀਂ ਚੜ੍ਹਦੀ ਕਲਾ ਦਾ ਜਕਾਰਾ ਖਜਾਉਂਦੇ ਨਾ ਸਾਨੂੰ ਸਾਰਾ ਕੁਛ ਆਨੰਦ ਹੀ ਆਨੰਦ ਆ ਜਾਂਦਾ ਚੜ੍ਹਦੀ ਕਲਾ ਦਾ ਹੁਣ ਆਮ ਵਾਸਤੇ ਖੇਡ ਨਹੀਂ ਹੈ ਆਮ ਬੰਦਾ ਛੇਤੀ ਡੋਲ ਜਾਂਦਾ ਡਿੱਗ ਜਾਂਦਾ ਪਰ ਖਾਲਸਾ ਪੰਥ ਕਦੇ ਡੋਲਦਾ ਨਹੀਂ ਸਵਾ ਮਨ ਪੀਸਣ ਪੀਸਿਆ
टोटे करवा के बच्चों के गलों से हार पाए। शहीद सिंह ने कहीं गई थोड़ी ने, वो साढ़े पंथ से पहरा उन्हों का खोपर लथ गया। बाई दिन बैठे रहे जकरिया खान ज्योति नोकते लैके गए, बंद बंद कट्टिया गया। जिथे लोड़ पई मस्से रंगड़ा सिर बढ़ के टांके भी लगाए, क्योंकि ये घाट कोई नहीं है। घाट तो सोच दी है अपन लगता ना, क्योंकि महाराज ने कहा मैं सवा सवा लख ना लड़ू, मेरा खालसा लड़ता भी है। हुण जिथे जूझदा हुण जज बनी जा रही ने, बच्चिया भजंगणा बने रही ने, एम पी बन रहे हैं, वही खालसे नूं राज ही दे रहा महाराज। क्योंकि घटाता थोड़ी सोच का, जिहड़ी कोई सोच आ थोड़ी कोई चीज़ आपां देखदे आ अपनी सोच उस हिसाब नाल चलदी है। आपां कोई न्यूज़ एको ही सुनी चलो, न्यूज़ सुनी चलो, थोनों घटा नज़र आएगा। जो चढ़ती करा तो नाम जपो पंथ खालसे विचरो, थोनों ऐ लगे भी दुनिया तो है ही खालसा। क्योंकि महसूस की आ ये इंसान की एक फितरत आ। हुण जे आपां कहे भी घटा रहे, घटन का कोई कारण ना, घाट बाद होता ना होन दिंदा, वो तो एक अटल चल रहा। एक लास्ट सवाल है थोड़े नाल, एक सिख अपना जीवन बतीत करे किवें बतीत करे? सिख जीवन सारा नो पहला जिहड़ा सानू असल मनोरथ की दिता महाराज ने, तुसीं पंज प्यारियां बारे कदे नहीं सोचा होएगा भी पंज प्यारियां दे नाम दे विच की ताकत है। पंज प्यारियां दे विचों पहले उठे भाई दया सिंह। महाराज कहिंदे भाई सिख दे विच दया होवे, सिख दे विच दया होवे। तुसीं कहिंदे भी सिख जीवन किवें जिउणा चाहीदा, कहिंदे पहला सिख च दया होवे, दया होगी तां फिर भाई धर्म सिंह उठे, फिर दया तो बाद धर्म आएगा सिख दे विच। जदों दो चीज़ां आ गईयां तीजे भाई उठे हिम्मत सिंह जी, दया ते धर्म इकट्ठे हो गए ते हिम्मत आ गई वी आपां कार्ज करिए कोई। फिर चौथे उठे भाई मोहकम सिंह जी नूं आपां कहिंदे भरोसा विश्वास ते आ गए ना, पहला दया फिर धर्म फिर हिम्मत फिर भरोसा आ गया। पंजवें आए भाई साहिब सिंह जी, चार आ गए ना, पंजवें साहिब गुरु महाराज साहिब आप अकाल पुरख सतगुरु गुरु गोबिंद सिंह जी महाराज, फिर तुहानूं मिल पैणगे। फिर साहिब थोड़े च आप परमेश पंजे गुण थोड़े च आ गए ना, तो थोड़े च परमेश्वर की गुरु गोबिंद सिंह जी थोड़े अंदर करा वरत जाएगी। जीवन असल सिख का यह है, जे थोड़े च पंज गुण ने पंजा प्यारियां वाले वो थोड़े अंदर धारण होने शुरू हो गए तो सिख का जीवन असल जीवन। जे आप कहने किवें ज्यों जाए ये उत्ते धारणा तो तुम ज्यौना शुरू कर लो, क्योंकि हिम्मत भी आ धर्म भी आ। हुण औरंगजेब सी, औरंगजेब दे विच की सी, केवल एको ही सी भी मैं केवल मुस्लिम कर दूंगा, धर्म नहीं सी, कोई दया नहीं सी, सवा सवा मन जनेऊ ला के करदा सी ना। हुण जिहड़ा महाराणा ने किया, महाराणा किहदे लई किया, किसे लई नहीं, महाराणा ने एक अत नूं रोकिया किसे जुलम नूं रोकण लई। अज भी खालसा उवें ही आ, जुलम नूं रोकण लई वो खड़ा वा। जदों कोई धक्का होएगा खालसा अगे आएगा, खालसा ने सदा ही अगे आना वा, आउंदा रहा वा आउंदा रहेगा, क्योंकि खालसा गुरु दा ते गुरु खालसा एक आ। खालसा मेरो रूप है खास, खालसे मैं हों करो निवास। उहदा निवास आ जद उहदे विच ते फिर दूजा रूप ही है नहीं, क्योंकि जो करेगा खालसा वह गुरु ही कराएगा, करे करावे आपे आप मानस के किश ना ही आवे। असल तो साढ़े नाल सिंह साहब मौजूद सके, बहुत सोहनिया गल्ला बातें उन्होंने कीतियां। एक सिख का सिख अपना जीवन किवें बतीत करे, उस तो अलावा होर कई सारे साढ़े सवाल से उन्होंने नाल जिन्हें उन्होंने बड़े ही सोहने तरीके जवाब दिते ने। तो कैमरामैन सोनू के नाल मैं रमनदीप सिंह, देखते रहो लिव ऑन।